ਨਾਲ ਪਵਿੱਤਰ ਕਰੋ ਜੀ, ਗਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਸਤਿਗੁਰੂ ਮਹਾਰਾਜ ਦੀ ਬੜੀ ਅਪਾਰ ਕਿਰਪਾ। ਆਓ ਉਹਨਾਂ ਯੋਧਿਆਂ ਦੀ ਕਹਾਣੀ, ਜਿਸ ਯੋਧੇ ਨੇ ਸਿੱਖ ਕੌਮ ਦੀ ਖਾਤਰ ਆਪਣਾ ਆਪ ਵਾਰਿਆ, ਜਿਸ ਯੋਧੇ ਨੇ ਸਿੱਖ ਕੌਮ ਦੀ ਖਾਤਰ ਆਪਣਾ ਆਪ ਵਾਰ ਦਿੱਤਾ, ਜਿਸ ਯੋਧੇ ਨੇ ਕਦੇ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ, ਉਸ ਯੋਧੇ ਦੀ ਕਹਾਣੀ ਲੱਗੇ ਹਾਂ ਤੁਹਾਡੇ ਅੱਗੇ, ਚੰਦ ਲਾਈਨਾਂ ਪੇਸ਼ ਕਰਨ ਲੱਗੇ ਹਾਂ। ਇੱਕ ਕੋਸ਼ਿਸ਼ ਹੈ ਇਸ ਬੱਚੀ ਦੀ। ਸਤਿਗੁਰੂ ਮਹਾਰਾਜ ਨੇ ਬੜਾ ਤਰਸ ਕੀਤਾ ਇਸ ਢਾਡੀ ਜਥੇ ਦੇ ਉੱਤੇ ਕਿ ਜਦੋਂ ਉਸ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ ਨਾ, ਜਦੋਂ ਮਹਾਰਾਜ ਦਾ ਜਿਹੜਾ ਵਾਸਾ ਪੱਤੇ ਪੱਤੇ ਦੇ ਵਿੱਚ ਹੈ, ਉਹਦੇ ਹੁਕਮ ਦੇ ਬਗੈਰ ਪੱਤਾ ਨਹੀਂ ਹਿਲਦਾ। ਆਓ ਅਸੀਂ ਉਸ ਯੋਧੇ ਦੀ ਕਹਾਣੀ ਲੱਗੇ ਹਾਂ ਸੁਣਾਉਣ, ਜਿਹਦੀ ਕਹਾਣੀ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣੀ ਦੇ ਨਾਲ ਜੁੜੀ ਹੋਈ ਹੈ। ਸੰਗਤ ਜੀ, ਇੱਕ ਘੰਟੇ ਦੇ ਵਿੱਚ ਉਸ ਪ੍ਰਸੰਗ ਨੂੰ ਅਸੀਂ ਪੂਰਾ ਕਰਨਾ। ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਉਹ ਸੀ ਜਿਹਦਾ ਜ਼ਿਕਰ ਸਿੱਧੂ ਮੂਸੇ ਵਾਲੇ ਨੇ ਆਪਣੇ ਗਾਣੇ ਦੇ ਵਿੱਚ ਕੀਤਾ ਸੀ, ਉਹਨੂੰ ਹਾਈਲਾਈਟ ਕੀਤਾ ਜੀ ਨੇ। ਸ਼ਾਇਦ ਸਾਡੇ ਅੱਧੇ ਕਿਸਾਨਾਂ ਨੂੰ ਪਤਾ ਹੋਣਾ, ਆ ਜਿਹੜਾ ਪਾਣੀ ਦਾ ਸੇਵਨ ਕਰਦੇ ਹਾਂ ਨਾ, ਇਹ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਬਦੌਲਤ ਹੈ, ਜਿਨ੍ਹਾਂ ਦਾ ਪਰਿਵਾਰ ਜ਼ਾਲਮਾਂ ਨੇ ਕੋਹ ਕੋਹ ਕੇ ਸ਼ਹੀਦ ਕੀਤਾ, ਜਿਨ੍ਹਾਂ ਦੇ ਪਰਿਵਾਰ ਦੇ ਪਰਿਵਾਰ ਹੀ ਖਤਮ ਕਰ ਦਿੱਤੇ। ਜੇ ਕੋਈ ਉਹਨਾਂ ਸਿੰਘਾਂ ਦੀ ਮਦਦ ਕਰਦਾ ਸੀ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ, ਖਤਮ ਕਰ ਦਿੱਤਾ ਜਾਂਦਾ ਸੀ। ਜੇ ਕੋਈ ਘਰ ਦੇ ਵਿੱਚ ਉਹਨਾਂ ਨੂੰ ਪ੍ਰਸ਼ਾਦਾ ਵੀ ਛਕਾਉਂਦਾ ਸੀ ਨਾ, ਉਹਨਾਂ ਦੀ ਧੀ ਭੈਣ ਦੇ ਨਾਲ ਧੱਕਾ ਹੁੰਦਾ ਸੀ। ਸੱਚ ਬੋਲਣ ਵਾਲੇ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ, ਸੱਚ ਬੋਲਣ ਵਾਲੇ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਰੋਡ ਦੇ ਉੱਤੇ ਖਤਮ ਕਰ ਦਿੱਤਾ ਜਾਂਦਾ। ਫਿਰ ਉਹ ਮਾਂ ਬਾਪ ਬਿਲਕਦੇ ਨੇ ਇਨਸਾਫ ਵਾਸਤੇ, ਇਨਸਾਫ ਕਿੱਥੋਂ ਮਿਲੇਗਾ। ਜੇ ਗੱਲ ਕਰੀਏ 1992 ਦੀ, ਜਿਨ੍ਹਾਂ ਸਿੰਘਾਂ ਨੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਮਦਦ ਕੀਤੀ ਹੈ ਨਾ, ਉਹ ਸ਼ਹੀਦ ਭਾਈ ਬਲਵਿੰਦਰ ਸਿੰਘ ਬਾਰਾ ਜਿਹੜੇ ਸਿੰਘਾਂ ਨੂੰ ਬੋਲਟ ਤਿਆਰ ਕਰਕੇ ਦਿੰਦੇ ਸੀ, ਸੇਵਾ ਸੀ, ਮਨ ਦੀ ਭਾਵਨਾ ਸੀ। ਰੋਪੜ ਸ਼ਹਿਰ ਦੇ ਵਿੱਚ ਮੰਨੀ ਪਰਮੰਨੀ ਇੱਕ ਦੁਕਾਨ। ਹੁਣ ਸੰਗਤ ਜੀ, ਸੇਵਾ ਕਰਨ ਦੀ ਕੀਮਤ ਜਾਨ ਚੁਕਾਉਣੀ ਪੈਂਦੀ ਹੈ, ਜਾਨ ਫਿਰ ਉਹਦੇ ਪਰਿਵਾਰ ਨੂੰ ਵੀ ਸੰਘਰਸ਼ ਹਟਾਉਣਾ ਪੈਂਦਾ ਹੈ। ਉਹ ਬਲਵਿੰਦਰ ਸਿੰਘ ਬਾਰਾ ਜੋ ਸਿੰਘਾਂ ਨੂੰ ਬੋਲਟ ਤਿਆਰ ਕਰਕੇ ਦਿੰਦਾ ਸੀ, ਪਿੰਡ ਪੰਜੋਲੇ ਦੇ ਵਿੱਚ ਉਹਦਾ ਜਨਮ ਹੁੰਦਾ, ਮਾਤਾ ਸੋਮੀ ਦੇਵੀ ਦੀ ਕੁੱਖੋਂ ਉਹਦਾ ਜਨਮ ਹੁੰਦਾ ਤੇ ਪਿਤਾ ਪ੍ਰੇਮ ਸਿੰਘ ਦਾ ਜਾਇਆ ਸੀ। ਸੰਗਤ ਜੀ, ਭਾਈ ਬਲਵਿੰਦਰ ਸਿੰਘ ਬਾਰੇ ਦਾ ਵਿਆਹ ਬੀਬੀ ਕੁਲਦੀਪ ਕੌਰ ਦੇ ਨਾਲ ਹੁੰਦਾ। ਸਜ਼ਾ ਕੀ ਮਿਲਦੀ ਹੈ? ਰੋਪੜ ਸ਼ਹਿਰ ਦੇ ਵਿੱਚੋਂ
ਜਦੋਂ ਪੁਲਿਸ ਆਉਂਦੀ ਹੈ ਨਾ, ਕੰਨੋ ਕੰਨੀ ਖਬਰ ਪੈਂਦੀ ਹੈ ਕਿ ਇਹ ਸਿੰਘਾਂ ਨੂੰ ਬੁਲਟ ਤਿਆਰ ਕਰਕੇ ਦਿੰਦੇ ਨੇ, ਸਿੰਘਾਂ ਨੂੰ ਪ੍ਰਸ਼ਾਦੇ ਦੀ ਸੇਵਾ ਕਰਦੇ ਨੇ, ਸਿੰਘਾਂ ਦੀ ਮਦਦ ਕਰਦੇ ਨੇ। ਜਦੋਂ ਕੰਨੀ ਕੰਨੀ ਇਹ ਖਬਰ ਪਈ ਨਾ, ਉਹ ਜ਼ਾਲਮ ਸਰਕਾਰ ਇੰਨੀ ਕੁ ਗੰਦੀ ਸੀ ਨਾ, ਇੱਕ ਪੁੱਤ ਦੇ ਸਾਹਮਣੇ ਮਾਂ ਨੂੰ ਨਗਨ ਕਰ ਦਿੱਤਾ ਜਾਂਦਾ ਸੀ, ਉਹ ਦੌਰ ਏਦਾਂ ਦਾ ਸੀ। ਸਰੀਰ ਪਿੰਡੇ ਤੇ ਜਿਨ੍ਹਾਂ ਨੇ ਇਸ ਨੂੰ ਹਟਾਇਆ ਹੋਵੇ ਨਾ, ਜਿਸ ਤਨ ਲੱਗੀ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਸੱਚ ਜਾਣਿਓ, ਉਹ ਕੀਮਤ ਉਹਦੇ ਪਰਿਵਾਰ ਨੂੰ ਚੁਕਾਉਣੀ ਪਈ। ਰੋਪੜ ਸ਼ਹਿਰ ਦੇ ਵਿੱਚ ਦਾਸ ਨਿਰੰਜਨ ਸਿੰਘ, ਜਦੋਂ ਕੰਨੀ ਕੰਨੀ ਖਬਰ ਪੈਂਦੀ ਹੈ ਕਿ ਬਲਵਿੰਦਰ ਸਿੰਘ ਬਾਰੇ ਨੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਮਦਦ ਕੀਤੀ ਹੈ, ਸਿੰਘਾਂ ਨੂੰ ਬੁਲਟ ਤਿਆਰ ਕਰਕੇ ਦਿੰਦਾ, ਇਹਦਾ ਹੱਥ ਹੈ ਇਹਦੇ 'ਚ। ਉਸ ਟਾਈਮ ਨੌਜਵਾਨ ਪੁੱਤ ਮਾਵਾਂ ਦੇ, ਜਦੋਂ ਸ਼ਹੀਦ ਬਲਵਿੰਦਰ ਸਿੰਘ ਜਟਾਣੇ ਦੀ ਗ੍ਰਿਫਤਾਰੀ ਹੋਈ, ਉਹ ਜਿੰਨੇ ਮਾਵਾਂ ਦੇ ਪੁੱਤ ਸੀ ਨਾ ਬਲਵਿੰਦਰ ਸਿੰਘ, ਜ਼ਾਲਮਾਂ ਨੇ ਕੋਹ ਕੋਹ ਕੇ ਸ਼ਹੀਦ ਕੀਤੇ, ਹੱਥਾਂ ਨੂੰ ਹੱਥਕੜੀਆਂ, ਪੈਰਾਂ ਨੂੰ ਬੇੜੀਆਂ ਲਾ ਕੇ ਉਹਨਾਂ ਨੂੰ ਖੁੱਲ੍ਹੀ ਜਗ੍ਹਾ ਦੇ ਉੱਤੇ ਖੇਤਾਂ ਦੇ ਵਿੱਚ ਦੜਾਇਆ ਜਾਂਦਾ ਸੀ ਅਤੇ ਪਿੱਛੇ 'ਤੇ ਫੈਰ ਕੀਤਾ ਜਾਂਦਾ ਸੀ। ਕਿਉਂ ਬਾਬਾ ਜੀ, ਇੱਦਾਂ ਹੀ ਹੁੰਦਾ ਸੀ ਨਾ, ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਸੀ। ਉਹ ਮਾਵਾਂ ਬਿਲਕਦੀਆਂ ਸੀ ਜਿਨ੍ਹਾਂ ਦੇ ਜਵਾਨ ਪੁੱਤ ਕੇ ਸ਼ਹੀਦ ਕੀਤੇ ਉਹਨਾਂ ਨੇ। ਸੰਗਤ ਜੀ, ਜਿਸ ਮਾਂ ਨੇ 9 ਮਹੀਨੇ ਪੁੱਤ ਨੂੰ ਕੁੱਖ 'ਚ ਰੱਖਿਆ ਹੋਵੇ, ਉਹ ਜੱਗ ਵਿਖਾਇਆ ਹੋਵੇ, ਪੜ੍ਹਾਇਆ ਲਿਖਾਇਆ ਹੋਵੇ, ਉਸ ਮਾਂ ਨੂੰ ਆਪਣੇ ਪੁੱਤ ਦਾ ਜਾਂਦੀ ਵਾਰੀ ਮੁੱਖ ਵੀ ਦੇਖਣ ਨਸੀਬ ਨਾ ਹੋਇਆ। ਸੰਗਤ ਜੀ, ਸਾਡੇ ਜਵਾਨ ਪੁੱਤ ਕਈ ਮਾਵਾਂ ਇੱਥੇ ਬੈਠੀਆਂ ਹੋਣੀਆਂ ਜਿਨ੍ਹਾਂ ਦੇ ਪੁੱਤ ਸ਼ਹੀਦ ਹੋਏ, ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੀਏ ਉਹਨਾਂ ਨੇ ਖੋਇਆ ਕੀ ਸੀ। ਕੋਈ ਸਾਰ ਲੈਣ ਵਾਲਾ ਨਹੀਂ ਰਿਹਾ, ਜਿਨ੍ਹਾਂ ਨੇ ਸੰਘਰਸ਼ ਪਿੰਡੇ ਤੇ ਹੰਢਾਇਆ ਉਹ ਜਾਣਦੇ ਨੇ। ਸੰਗਤ ਜੀ, ਦਾਸ ਨਿਰੰਜਨ ਸਿੰਘ ਜਦੋਂ ਆਉਂਦਾ, ਕੰਨੋ ਕੰਨੀ ਖਬਰ ਪੈਂਦੀ ਹੈ। ਸੰਗਤ ਜੀ, ਜਦੋਂ ਕੰਨੋ ਕੰਨੀ ਖਬਰ ਪੈਂਦੀ ਹੈ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ, ਰੋਪੜ ਸ਼ਹਿਰ ਦੇ ਵਿੱਚੋਂ ਜਦੋਂ ਪੁਲਿਸ ਆਉਂਦੀ ਹੈ, ਭਾਈ ਸਾਹਿਬ ਜਦੋਂ ਨਿਤਨੇਮ ਕਰਕੇ ਗੁਰੂ ਘਰ ਤੋਂ ਆਉਂਦੇ ਨੇ, ਕੰਨੋ ਕੰਨੀ ਖਬਰ ਪੈਂਦੀ ਹੈ, ਕਹਿੰਦੇ ਭਾਈ ਬਲਵਿੰਦਰ ਸਿੰਘ ਦੇ ਨਾਲ 2 ਮਿੰਟ ਦੀ ਵਿਚਾਰ ਕਰਨੀ ਹੈ। ਦਾਸ ਨਿਰੰਜਨ ਸਿੰਘ ਜੀ ਜਦੋਂ ਹੱਥਾਂ ਨੂੰ ਹੱਥਕੜੀਆਂ, ਪੈਰਾਂ ਨੂੰ ਬੇੜੀਆਂ ਜਦੋਂ ਲਾਉਣ ਲੱਗੇ ਨੇ, ਉਸ ਵੇਲੇ ਦਾ ਸੀਨ ਢਾਡੀ ਜਦੇ ਕੋਲੇ, ਇੰਜ ਸਰਵਣ ਕਰੋ ਜੀ। ਸੋਸਾਇਟੀ ਵੱਲੋਂ ਜਿਨ੍ਹਾਂ ਦੇ 2 ਪੁੱਤ ਸ਼ਹੀਦ ਹੋਏ ਨੇ, ਬੱਬਰ ਪਰਿਵਾਰ ਢਾਡੀ ਜਥਾ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਬਾਰੇ ਦੇ ਨਾਂ ਦੇ ਉੱਤੇ ਢਾਡੀ ਜਥੇ ਨੂੰ ਭੇਟਾ ਕਰਕੇ ਗਏ ਨੇ, ਮਹਾਰਾਜ ਮਾਤਾ ਜੀ ਨੂੰ ਚੜ੍ਹਦੀਆਂ ਕਲਾ ਬਖਸ਼ਣ ਜੀ।
ਜੀ ਉਹਨਾਂ ਦੇ ਨਾਂ ਦਾ ਇੱਕ ਸਿੰਘੋ ਜਕਾਰਾ ਛੱਡੋ ਜੀ, ਜਿਨ੍ਹਾਂ ਨੇ ਐਡੀਆਂ ਸ਼ਹੀਦੀਆਂ ਪਾਈਆਂ ਨੇ। ਬੋਲੋ ਬੁਲਾਈ।
ਜਦੋਂ ਉਦੋਂ ਕੰਨੋ ਕੰਨੀ ਖਬਰ ਪੈਂਦੀ ਹੈ ਨਾ ਕਿ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣੇ ਦੀਆਂ ਨੇ ਮਦਦ ਕੀਤੀ ਹੈ, ਸਿੰਘਾਂ ਨੂੰ ਬੁਲਟ ਤਿਆਰ ਕਰਕੇ ਦਿੰਦੇ ਨੇ। ਸਤਿਕਾਰਯੋਗ ਮਾਤਾ ਜੀ ਉਹਨਾਂ ਦੇ, ਮਾਤਾ ਸੋਮੀ ਦੇਵੀ ਜੀ ਮੰਜੇ ਦੇ ਉੱਤੇ ਬੈਠੇ ਸੀ, ਕਹਿੰਦੇ ਮਾਤਾ ਤੇਰਾ ਪੁੱਤਰ ਕਿੱਥੇ ਹੈ? ਕਹਿੰਦੀ ਭਾਈ ਕੀ ਗੱਲ ਹੋ ਗਈ? ਕਹਿੰਦੇ ਤੇਰੇ ਪੁੱਤਰ ਦੇ ਨਾਲ 2 ਮਿੰਟ ਦੀ ਵਿਚਾਰ ਸਾਂਝੀ ਕਰਨੀ ਹੈ। ਭਾਈ ਬਲਵਿੰਦਰ ਸਿੰਘ ਜੀ ਗੁਰੂ ਘਰ ਤੋਂ ਨਿਤਨੇਮ ਕਰਕੇ ਜਦੋਂ ਆਏ, ਜਦੋਂ ਉਹਨਾਂ ਨੇ ਵੇਖਿਆ ਘਰ ਦੇ ਵਿੱਚ ਪੁਲਿਸ ਵਰਤੀ ਹੈ, ਤੇ ਜਿਹੜੀ ਬੀਬੀ ਕੁਲਦੀਪ ਕੌਰ ਸੀ ਜਿਹਨੇ ਭਾਈ ਬਲਵਿੰਦਰ ਸਿੰਘ ਦੇ ਨਾਲ ਲਾਵਾਂ ਲਈਆਂ ਸੀ, ਉਹਨਾਂ ਨੇ ਗੋਦ ਦੇ ਵਿੱਚ ਇੱਕ ਬੱਚੀ ਚੱਕੀ ਹੋਈ ਸੀ 4 ਮਹੀਨਿਆਂ ਦੀ। ਸੰਗਤ ਜੀ ਧਿਆਨ ਨਾਲ ਸੁਣਿਓ, ਜਦੋਂ ਦਾਸ ਨਿਰੰਜਨ ਸਿੰਘ ਕਹਿਣ ਲੱਗਿਆ, ਕਹਿੰਦਾ ਮਾਤਾ ਜੀ 2 ਮਿੰਟ ਦੀ ਵਿਚਾਰ ਕਰਨੀ ਹੈ, ਅਤੇ ਜਿਹੜੀ ਮਾਂ ਹੁੰਦੀ ਹੈ ਨਾ, ਮਾਂ ਮਾਂ ਦੀ ਮਮਤਾ, ਉਹ ਕਹਿੰਦੀ ਭਾਈ ਜਿਹੜੀ ਗੱਲ ਕਰਨੀ ਹੈ ਇੱਥੇ ਬਹਿ ਕੇ ਗੱਲ ਹੈ? ਕਹਿੰਦੇ ਨਹੀਂ, ਤੇਰੇ ਪੁੱਤ ਨਾਲ ਗੱਲ ਅਸੀਂ ਥਾਣੇ ਦੇ ਵਿੱਚ ਜਾ ਕੇ ਕਰਾਂਗੇ। ਭਾਈ ਬਲਵਿੰਦਰ ਸਿੰਘ ਜੀ ਨੇ ਉਸ ਬੱਚੀ ਨੂੰ ਗੋਦ ਦੇ ਵਿੱਚ ਲਿਆ, 5 ਮਿੰਟ ਜਦੋਂ ਗੋਦ ਦੇ ਵਿੱਚ ਲੈ ਕੇ ਜਦੋਂ ਵਾਪਸ ਬੀਬੀ ਕੁਲਦੀਪ ਦੇ ਹੱਥ ਦਿੱਤਾ, ਬੜਾ ਹੌਸਲਾ ਪਰਿਵਾਰ ਨੂੰ ਦਿੰਦੇ ਨੇ, ਕਹਿੰਦੇ ਬਸ ਮੈਂ 2 ਮਿੰਟ ਦੀ ਵਿਚਾਰ ਕਰਕੇ ਮਾਤਾ ਮੈਂ ਹੁਣੇ ਪਰਤ ਜਾਣਾ। ਪਰ ਸੱਚ ਜਾਣਿਓ ਉਹ 2 ਮਿੰਟ ਦੀ ਵਿਚਾਰ ਅੱਜ 31 ਸਾਲ ਹੋ ਗਏ ਪਰਿਵਾਰ ਨੂੰ ਸੰਸਕਾਰ ਕਰਨ ਦਾ ਮੌਕਾ ਨਹੀਂ ਮਿਲਿਆ। ਜਿਹੜੀ 4 ਮਹੀਨੇ ਦੀ ਬੱਚੀ ਦੀ ਗੱਲ ਕਰਦੀ ਸੀ ਉਹ ਮੈਂ ਸੀ। ਜਿਸ ਧੀ ਨੇ ਆਪਣੇ ਪਿਓ ਨੂੰ ਕਦੇ ਵੇਖਿਆ ਨਾ ਹੋਵੇ, ਫੋਟੋ ਦੇ ਉੱਤੇ ਦਰਸ਼ਨ ਕੀਤੇ ਨੇ ਮੈਂ। 4 ਮਹੀਨੇ ਦਾ ਬੱਚਾ ਹੁੰਦਾ ਕੀ ਹੈ? ਤੇ ਸਾਡੀ ਮਾਂ ਦੱਸਦੀ ਸੀ, ਕਹਿੰਦੀ ਜਦੋਂ ਤੇਰੇ ਪਿਓ ਨੇ ਤੈਨੂੰ ਗੋਦ ਦੇ ਵਿੱਚ ਲਿਆ, ਤੂੰ ਕਲਕਾਰੀਆਂ ਮਾਰ ਮਾਰ ਕੇ ਰੋਂਦੀ ਸੀ ਜਿਵੇਂ ਧੀ ਦਾ ਪਿਓ ਦੇ ਨਾਲੋਂ ਵਿਛੋੜਾ ਪੈ ਚੱਲਿਆ ਹੋਵੇ। ਜਦੋਂ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਗਈ ਹੈ ਸਾਡੀ ਸਤਿਕਾਰਯੋਗ ਦਾਦੀ ਮਾਂ, ਬਿਲਕਦੀ ਰਹੀ, ਰੋਂਦੀ ਰਹੀ, ਕੰਧਾਂ ਦੇ ਨਾਲ ਟੱਕਰਾਂ ਮਾਰ ਮਾਰ ਕੇ ਰੋਂਦੀ ਰਹੀ ਕਿ ਮੈਂ ਆਪਣੇ ਪੁੱਤ ਨੂੰ ਜਾਂਦੀ ਵਾਰ ਤਾਂ ਵੇਖ ਲਵਾਂ। ਸਾਡੀ ਮਾਂ ਨੇ ਰੋਜ਼ ਸਾਡੇ ਸਤਿਕਾਰਯੋਗ ਪਿਤਾ ਜੀ ਸ਼ਹੀਦ ਭਾਈ ਬਲਵਿੰਦਰ ਸਿੰਘ ਬਾਰਾ ਜੀ ਦਾ ਜਿਹੜਾ ਮਨਪਸੰਦ ਪ੍ਰਸ਼ਾਦਾ ਸੀ ਉਹ ਬਣਾ ਕੇ ਬਹਿ ਜਾਣਾ ਕਿ ਅੱਜ ਆਉਣਗੇ। ਜਦੋਂ ਵਿਪਤਾ ਪੈਂਦੀ ਹੈ ਫਿਰ ਕੋਈ ਸਾਥ ਨਹੀਂ ਦਿੰਦਾ। 6 ਤਾਏ ਚਾਚੇ ਸੀ, ਐਡਾ ਟੱਬਰ ਸੀ, ਕਿਸੇ ਨੇ ਸਾਥ ਨਹੀਂ ਦਿਆ। ਜਦੋਂ ਫਾਦਰ ਸਾਹਿਬ ਦੀ, ਸਾਡੇ ਪਿਤਾ ਜੀ ਦੀ ਗ੍ਰਿਫਤਾਰੀ ਹੋਈ, ਸਾਡੀ ਮਾਂ ਨੂੰ ਸਾਡੇ ਪਰਿਵਾਰ ਨੇ ਉਸ ਤਿਲਪਰ ਦੀ ਬੱਚੀ ਸਮੇਤ ਘਰ ਤੋਂ ਬਾਹਰ ਕੱਢਤਾ ਸੀ ਵੀ ਜੇ ਇਸ ਪਰਿਵਾਰ ਦੀ ਮਦਦ ਕੀਤੀ ਤਾਂ ਪੁਲਿਸ ਨੇ ਸਾਨੂੰ ਵੀ ਅੰਦਰ ਡੱਕ ਦੇਣਾ। ਡਰ ਸੀ ਨਾ ਉਸ ਟਾਈਮ ਦਾ, ਪਰ ਸੱਚ ਜਾਣਿਓ ਆਪਣਿਆਂ ਨੇ ਪਾਸਾ, ਆਪਣੇ ਸਕਿਆਂ ਨੇ ਪਾਸਾ ਵਟਿਆ। ਸਾਡੀ ਮਾਂ ਨੇ ਪਿਓ ਦੀਆਂ ਪੱਗਾਂ ਪਾੜ ਪਾੜ ਕੇ ਇਸ ਬੱਚੀ ਦਾ ਤਨ ਟਕਿਆ।
ਜਦੋਂ ਬਿਪਤਾ ਪੈਂਦੀ ਹੈ। ਸਾਡੇ ਸਾਹਮਣੇ ਇੱਕ ਮੁਸਲਮਾਨ ਪਰਿਵਾਰ ਸੀ ਜਿਹਨੇ ਸਾਡੀ ਮਾਂ ਨੂੰ 7 ਦਿਨ ਪ੍ਰਸ਼ਾਦਾ ਛਕਾਇਆ। ਹੁਣ ਜੇ ਇੱਥੇ ਆਪਾਂ ਕਹੀਏ ਊਂਚ ਨੀਚ ਭੇਤ ਭਾਵ, ਅਸੀਂ ਜਾਤਾਂ ਪਾਤਾਂ ਦੇ ਵਿੱਚ ਫਸੇ ਹੋਏ ਹਾਂ। ਦੇਖੋ, ਡਰ ਤਾਂ ਸਾਰਿਆਂ ਦੇ ਮਨ ਦੇ ਵਿੱਚ ਸੀ, ਉਸ ਮੁਸਲਮਾਨ ਪਰਿਵਾਰ ਦੇ ਮਨ ਦੇ ਵਿੱਚ ਵੀ ਫਿਰ ਡਰ ਹੋਣਾ ਚਾਹੀਦਾ ਸੀ ਵੀ ਜੇ ਇਸ ਬੀਬੀ ਦੀ ਮੈਂ ਮਦਦ ਕੀਤੀ ਤਾਂ ਕਿਤੇ ਨਾ ਕਿਤੇ ਪੁਲਿਸ ਮੈਨੂੰ ਵੀ ਉਸ ਸੰਘਰਸ਼ ਦੇ ਵਿੱਚ ਟੱਲੇਗੀ। ਪਰ ਸੱਚ ਜਾਣਿਓ, ਉਸ ਵੀਰ ਨੇ 7 ਦਿਨ ਪ੍ਰਸ਼ਾਦਾ ਸਾਡੀ ਮਾਂ ਨੂੰ ਛਕਾਇਆ। ਸਾਡੀ ਮਾਂ ਨੇ ਦਰ ਦਰ ਠੋਕਰਾਂ ਖਾਧੀਆਂ ਨੇ, ਮਾਵਾਂ ਬਿਲਕਦੀਆਂ ਵੇਖੀਆਂ ਮੈਂ ਪੁੱਤਾਂ ਦੇ ਵਾਜੋਂ, ਜਿਨ੍ਹਾਂ ਦੇ ਜਵਾਨ ਪੁੱਤ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਜਾਣ। ਉਸ ਮਾਂ ਨੂੰ ਪੁੱਛ ਕੇ ਵੇਖੀਏ ਉਹਨੇ ਖੋਇਆ ਕੀ ਸੀ। ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਭੈਣ ਜੀ, ਜਿਹੜੀ ਉਹਨਾਂ ਦੀ ਭੈਣ ਸੀ ਨਾ ਸੁਰਿੰਦਰ ਕੌਰ, ਉਹ ਦੱਸਦੇ ਹੁੰਦੇ ਸੀ, ਕਹਿੰਦੇ ਪੁੱਤ ਜਿਸ ਪੁੱਤ ਨੂੰ ਮੈਂ 9 ਮਹੀਨੇ ਕੁੱਖ 'ਚ ਰੱਖਿਆ, ਜੱਗ ਵਿਖਾ, ਪੜ੍ਹਾਇਆ ਲਿਖਾ, ਉਹਨਾਂ ਜ਼ਾਲਮਾਂ ਨੇ ਮੇਰਾ ਪੁੱਤ ਮੇਰੇ ਸਾਹਮਣੇ ਮੇਰੀ ਅੱਖਾਂ ਦੇ ਟੈਰ ਪਾ ਕੇ ਸ਼ਹੀਦ ਕਰਤਾ ਸੀ। ਸੰਗਤ ਜੀ, ਕਹਿੰਦੀ ਮੈਂ ਬਿਲਕਦੀ ਰਹੀ, ਤੜਫਦੀ ਰਹੀ ਕਿ ਮੈਂ ਆਪਣੇ ਪੁੱਤ ਨੂੰ ਬਚਾ ਲਵਾਂ, ਪਰ ਬਚਾਉਣ ਵਾਲਾ ਕੌਣ ਸੀ? ਉਹ ਦੋਹਰੇ ਏਦਾਂ ਦਾ ਸੀ ਜਿੱਥੇ ਕਿਸੇ ਨੂੰ ਬਖਸ਼ਿਆ ਨਹੀਂ ਸੀ ਜਾਂਦਾ। ਜੇ ਘਰ ਦੇ ਵਿੱਚ ਕਿਸੇ ਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੁੰਦੀ ਸੀ ਨਾ, ਉਹਨਾਂ ਨੂੰ ਵੀ ਚੱਕ ਕੇ ਅੰਦਰ ਕਰ ਦਿੰਦੇ ਸੀ। ਏਦਾਂ ਦਾ ਦੌਰ ਸੀ ਉਹ। ਉਹ ਮਾਵਾਂ ਵਿਲਕਦੀਆਂ ਵੇਖੀਆਂ, ਉਹ ਮਾਂ ਇਸ ਦੁਨੀਆ ਤੋਂ ਬਿਲਕਦੀ ਬਿਲਕਦੀ ਚਲੇ ਗਈ ਕਿ ਮੈਂ ਆਪਣੇ ਪੁੱਤ ਦਾ ਜਾਦੀ ਵਾਰੀ ਮੁੱਖ ਵੇਖ ਲਵਾਂ। ਉਹ ਮਾਵਾਂ ਕਮਲੀਆਂ ਹੋ ਗਈਆਂ। ਅੱਜ ਵੇਖੀਏ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਜਿਨ੍ਹਾਂ ਦੀਆਂ ਹਜੇ ਤੱਕ ਜੰਨਾਂ ਤੱਕ ਨਹੀਂ ਚੜੀਆਂ, ਜਿਨ੍ਹਾਂ ਦੇ ਵੀਰ ਸ਼ਹੀਦ ਹੋਏ, ਉਹਨਾਂ ਭੈਣਾਂ ਦੇ ਰਿਸ਼ਤੇ ਨਹੀਂ ਹੋਏ, ਪਰਿਵਾਰ ਦੇ ਪਰਿਵਾਰ ਉੱਜੜ ਗਏ, ਪਰ ਉਹਨਾਂ ਦੀ ਸਾਰ ਲੈਣ ਵਾਲਾ ਕੌਣ ਹੈ? ਸਾਡੀ ਸਰਕਾਰ ਹੀ ਸਾਡੀ ਵੈਰ ਬਣੀ ਪਈ ਹੈ। ਸਾਡੇ ਸਿੱਖਾਂ ਦੇ ਨਾਲ ਧੱਕਾ ਹੋਇਆ। ਹੱਕ ਲੈਣਾ, ਮਹਾਰਾਜ ਕਹਿੰਦੇ ਜੇ ਹੱਕ ਏਦਾਂ ਨਹੀਂ ਨਾ ਮਿਲਦਾ ਫਿਰ ਧੌਣ ਤੇ ਗੁੱਠਾ ਰੱਖ ਕੇ ਫਿਰ ਹੱਕ ਲੈਣਾ ਪੈਂਦਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਹ ਫਿਰ ਉਹ ਸਾਰੀਆਂ ਮਾਵਾਂ ਦੀ ਪੁਕਾਰ ਜਿਨ੍ਹਾਂ ਦੇ ਪੁੱਤ ਸ਼ਹੀਦ ਹੋਏ ਨੇ, ਉਹ ਮਾਵਾਂ ਬਿਲਕਦੀਆਂ ਨੇ, ਰੋਂਦੀਆਂ ਨੇ, ਕਰਲਾਉਂਦੀਆਂ ਨੇ। ਉਹਨਾਂ ਮਾਵਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਰਿਹਾ। ਉਸ ਵੇਲੇ ਦਾ ਸੀਨ ਤੁਹਾਡੀ ਜਿੱਦਾਂ ਬੱਬਰ ਪਰਿਵਾਰ ਦੇ ਵੱਲੋਂ ਹੋ, ਇੰਜ ਸਰਵਣ ਕਰੋ ਜੀ।
ਜੱਗ ਸੁਣਾ ਸੁਣਾ ਜਾਪਦਾ ਕੈਸਾ ਵੱਜ ਗਿਆ ਲੋੜਾਏ ਕੈਸਾ ਵੱਜ ਗਿਆ ਲੋੜਾਏ ਹਾਲ ਕਿਸ ਨੂੰ ਸੁਣਾਵਾਂ ਮੈਂ ਹਾਲ ਕਿਸ ਨੂੰ ਸੁਣਾ ਪੁੱਤਰ ਬਗੈਰ ਜੱਗ ਤੇ ਕਿੱਦਾਂ ਸ਼ਗਨ ਮਨਾਵਾਂ ਮੈਂ ਕਿੱਦਾਂ ਸ਼ਗਨ ਮਨਾਵਾਂ ਚੰਗਾ ਲੱਗਦਾ ਜਾਪੇ ਸੁਣਾ ਜੱਗ ਸਾਰਾ ਸਾਰਾ ਜਾਪੇ ਸੁਣਾ ਜੱਗ ਸਾਰਾ ਬਾਤਾਂ ਕੰਡਾ ਨਾਲੇ ਪਾਉਂਦੇ ਕਾਲੀ ਚੇਂਜੋ ਹੁਕ ਨਿਕਲੇ ਕਿੱਦਾਂ ਮਰਦੇ ਤੇ ਜਿਉਂਦੇ ਹਾਂ ਕਿੱਦਾਂ ਮਰਦੇ ਤੇ ਜਿਉਂਦੇ ਹਾਂ ਵਾਂਗ ਕੁਝ ਕੁਰ ਲਾਵਾਂ ਮੈਂ ਵਾਂਗ ਕੁਝ ਕੁਰ ਲਾਵਾਂ ਮੈਂ ਵਾਂਗ ਕੁਝ ਕੁਰ ਲਾਵਾਂ ਮੈਂ
ਕੇ ਦੋਵੇਂ ਹੱਥ ਜੋੜ ਆਉਣ ਤੇਰੇ ਦਰ ਚੱਲ ਕੇ ਚੰਦ ਦੋਵੇਂ ਹੁਕਮ ਚ ਬੰਦ ਦੋਵੇਂ ਸੂਰਜ ਤੇ ਚੰਦ ਦੋਵੇਂ ਹੁਕਮ ਚ ਬੰਦ ਦੋਵੇਂ ਸੂਰਜ ਤੇ ਚੰਦ ਦੋਵੇਂ ਹੁਕਮ ਚ ਬੰਦ ਦੋਵੇਂ ਸੂਰਜ ਤੇ ਚੰਦ ਦੋਵੇਂ ਹੁਕਮ ਚ ਬੰਦ ਦੋਵੇਂ ਜਬਰ ਚਲਾਵੇ ਪੌਣ ਚੱਲ ਕੇ ਜਬਰ ਚਲਾਵੇ ਪੌਣ ਤੇਰੇ ਦਰ ਚੱਲ ਕੇ ਬੁੱਧਲਾ ਦੋਵੇ ਹੁਟ ਹੱਟ ਤੇ ਸਰੰਗੀਨਾ ਹੋ ਪੀਰਾਂ ਦੀਆਂ ਵਾਰਾਂ ਗਾਉਣ ਤੇਰੇ ਦਰ ਚੱਲ ਕੇ ਨੱਥਾ ਅਬਦੁੱਲਾ ਦੋਵੇਂ ਢੱਡ ਤੇ ਸਰੰਗੀ ਨਾਲ 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 ਫੀਰਾਂ ਦੀਆਂ ਵਾਰਾਂ ਗਾਉਣ ਚੱਲ ਕੇ ਪੀਰਾਂ ਦੀਆਂ ਵਾਰਾਂ ਗਾਉਣ ਤੇਰੇ ਦਰ ਚੱਲ ਕੇ ਸਮਰੱਥਾ ਭਲਾ ਇੰਨੀ ਨਿਰਦੋਸ਼ ਕਿੱਥੇ ਮੇਰੀ ਸਮਰੱਥਾ ਭਲਾ
ਇੰਨੀ ਨਿਰਦੋਸ਼ ਕਿੱਥੇ ਮੇਰੀ ਸਮਰਥਾ ਭਲਾ ਇੰਨੀ ਨਿਰਦੋਸ਼ ਕਿੱਥੇ ਮੇਰੀ ਸਮਰਥਾ ਭਲਾ ਇੰਨੀ ਨਿਰਦੋਸ਼ ਕਿੱਥੇ ਦੱਸਾਂ ਦੇ ਕੌਣ ਕੌਣ ਦੱਸਾਂ ਆਉਂਦੇ ਕੌਣ ਕੌਣ ਤੇਰੇ ਦਰ ਚੱਲ ਕੇ ਦੱਸਾਂ ਆਉਂਦੇ ਕੌਣ ਕੌਣ ਤੇਰੇ ਦਰ ਚੱਲ ਕੇ ਦੱਸਾਂ ਆਉਂਦੇ ਕੌਣ ਕੌਣ ਤੇਰੇ ਦਰ ਚੱਲ ਚੁੱਕ ਸੀਸ ਜਾਵੇ ਕੌਮ ਤੇ ਸ਼ਹੀਦਾਂ ਅੱਗੇ ਚੁੱਕ ਚੁੱਕ ਸੀਸ ਜਾਵੇ ਕੌਮ ਤੇ ਸ਼ਹੀਦਾਂ ਅੱਗੇ ਚੁੱਕ ਚੁੱਕ ਸੀਸ ਜਾਵੇ ਕੌਮ ਤੇ ਸ਼ਹੀਦਾਂ ਅੱਗੇ
ਆਓ ਸਤਿਗੁਰਾਂ ਦੀ ਸਾਜੀ ਔਰ ਨਵਾਜੀ, ਗੁਰੂ ਸਵਾਰੀ, ਗੁਰੂ ਖਾਲਸਾ, ਸਤ ਸੰਗਤ ਜੀ। ਸਤਿਗੁਰੂ ਮਹਾਰਾਜ ਦੀ ਬੜੀ ਅਪਾਰ ਕਿਰਪਾ ਹੋਈ ਹੈ, ਰਾਤਰੀ ਦੇ ਦੀਵਾਨ ਦੀ ਹਾਜ਼ਰੀ ਭਰਨ ਦਾ ਮੌਕਾ ਮਿਲਿਆ। ਸਭ ਤੋਂ ਪਹਿਲਾਂ ਬੜਾ ਸਤਿਕਾਰਯੋਗ ਢਾਡੀ ਜਥਾ, ਬੜੀਆਂ ਰਸਭਿੰਨੀਆਂ ਆਵਾਜ਼ਾਂ ਸੀ ਸਤਿਗੁਰੂ ਮਹਾਰਾਜ ਉਸ ਢਾਡੀ ਜਥਾ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣ। ਸੋ ਸਾਰੀ ਸੰਗਤ ਦਾ ਧੰਨਵਾਦ। ਪਹਿਲਾਂ ਤਾਂ ਅਸੀਂ ਜਿਹੜੀ ਦਿਨ ਦੀ ਹਾਜ਼ਰੀ ਹੈ, ਸਾਡੀ ਕੋਈ ਮਜ਼ਬੂਰੀ ਪੈ ਗਈ ਹੈ ਕਿ ਅਸੀਂ ਦਿਨ ਦੀ ਹਾਜ਼ਰੀ ਨਹੀਂ ਭਰ ਸਕਦੇ। ਇਹ ਜਿਹੜਾ ਅਸੀਂ ਸਮਾਂ ਲਾ ਕੇ ਜਾਣਾ ਨਾ ਇੱਕ ਘੰਟੇ ਦਾ, ਇਹ ਉਸ ਯੋਧੇ ਦੀ, ਜਿਨ੍ਹਾਂ ਯੋਧਿਆਂ ਨੇ ਸਾਡੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਇਹ ਇੱਕ ਘੰਟਾ ਉਹਨਾਂ ਦੇ ਨਾਮ ਦਾ। ਸੋ ਆਓ ਮੇਰਾ ਸਾਥ ਦਿਓ ਸਾਰੀ ਸੰਗਤ, ਕਲਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਨੀ ਦੀ ਬਖਸ਼ੀ ਹੋਈ ਫਤਿਹ ਨੂੰ ਕਰੀਏ ਪ੍ਰਵਾਨ, ਸਤਿਕਾਰ ਦੇ ਨਾਲ ਸੀਸ ਝੁਕਾ ਕੇ ਫਤਿਹ ਦਾ ਬੁਲਾਵਾ ਫਤਿਹ ਦੇ ਵਿੱਚ ਦੇਣਾ ਜੀ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ। ਜਿੰਨੀ ਸੰਗਤ ਪੰਡਾਲ ਦੇ ਵਿੱਚ ਬੈਠੀ ਆ ਉਹਦੇ ਹਿਸਾਬ ਨਾਲ ਤਾਂ ਆਵਾਜ਼ ਸਾਡੇ ਕੰਨਾਂ ਤੱਕ ਨਹੀਂ ਆਈ। ਸੰਗਤ ਜੀ, ਹਰ ਮੈਦਾਨ ਫਤਿਹ ਕਰਨੀ ਹੈ ਨਾ, ਜਵਾਨ 'ਤੇ ਫਤਿਹ ਆਉਣੀ ਬਹੁਤ ਜ਼ਰੂਰੀ ਹੈ। ਸਾਡਾ ਹਰ ਚੱਲ ਕੇ ਥੋਵੇਂ ਹੱਥ ਜੋੜ ਆਉਣ ਤੇਰੇ ਦਰ ਚੱਲ ਕੇ, ਚੰਦ ਦੋਵੇਂ ਹੁਕਮ ਚ ਬੰਦ ਦੋਵੇਂ, ਸੂਰਜ ਤੇ ਚੰਦ ਦੋਵੇਂ ਹੁਕਮ ਚ ਬੰਦ ਦੋਵੇਂ, ਸੂਰਜ ਤੇ ਚੰਦ ਦੋਵੇਂ ਹੁਕਮ ਚ ਬੰਦ ਦੋਵੇਂ, ਸੂਰਜ ਤੇ ਚੰਦ ਦੋਵੇਂ ਹੁਕਮ ਚ ਬੰਦ ਦੋਵੇਂ, ਜਬਰ ਚਲਾਵੇ ਪੌਣ ਚੱਲ ਕੇ, ਜਬਰ ਚਲਾਵੇ ਪੌਣ ਤੇਰੇ ਦਰ ਚੱਲ ਕੇ, ਬੁੱਧਲਾ ਦੋਵੇਂ ਹੋ ਠੱਡ ਤੇ ਸਰੰਗੀਨਾ, ਹੋ ਪੀਰਾਂ ਦੀਆਂ ਵਾਰਾਂ
ਤੇਰੇ ਦਰ ਚੱਲ ਕੇ ਨੱਥਾ ਅਬਦੁੱਲਾ ਦੋਵੇਂ ਢੱਡ ਤੇ ਸਰੰਗੀ ਨਾਲ, 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 ਫੀਰਾਂ ਦੀਆਂ ਵਾਰਾਂ ਗਾਉਣ ਚੱਲ ਕੇ, ਫੀਰਾਂ ਦੀਆਂ ਵਾਰਾਂ ਗਾਉਣ ਤੇਰੇ ਦਰ ਚੱਲ ਕੇ, ਸਮਰੱਥਾ ਭਲਾ ਇੰਨੀ ਨਿਰਦੋਸ਼ ਕਿੱਥੇ, ਮੇਰੀ ਸਮਰੱਥਾ ਭਲਾ ਇੰਨੀ ਨਿਰਦੋਸ਼ ਕਿੱਥੇ, ਮੇਰੀ ਸਮਰੱਥਾ ਭਲਾ ਇੰਨੀ ਨਿਰਦੋਸ਼ ਕਿੱਥੇ, ਮੇਰੀ ਸਮਰੱਥਾ ਭਲਾ ਇੰਨੀ ਨਿਰਦੋਸ਼ ਕਿੱਥੇ, ਕਸਾਇਆਂ ਦੇ ਕੌਣ ਕੌਣ ਚੱਲ ਕੇ, ਆਉਂਦੇ ਕੌਣ ਕੌਣ ਤੇਰੇ ਦਰ ਚੱਲ ਕੇ, ਦੱਸਾਂ ਆਉਂਦੇ ਕੌਣ ਕੌਣ ਤੇਰੇ ਦਰ ਚੱਲ ਕੇ, ਤੁਧ ਅੱਗ ਅਰਦਾਸ ਇਹ ਤੁਰ ਕੀ ਵਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ, ਤੁਰਕੀ ਵਾਲੀ ਆਈ ਤਿੰਨ ਸਗਲੀ ਚਿੰਤਾ ਮਟਾਈ, ਕਿਉਂ ਅੱਖਾਂ ਮੀਟੀਆਂ ਪਾਈ, ਅੱਖਾਂ ਮੀਟੀਆਂ ਪਾਈ, ਜਮਾਂ ਦੀ ਕੱਟਦੀ ਜਾਲੀ ਹੈ, ਪਰ ਸਤਿਗੁਰ ਦੀ ਬਾਣੀ ਪਾਰ ਉਤਾਰਨ ਵਾਲੀ ਹੈ, ਉਹ ਬੰਦਿਆ ਪਰ ਸਤਿਗੁਰ ਦੀ ਬਾਣੀ ਪਾਰ ਉਤਾਰਨ ਵਾਲੀ ਹੈ, ਮਾਨਸ ਦੇਹੀ ਗੋਬਿੰਦ ਮਿਲਣੇ ਕੀ ਵਰਿਆਏ, ਮਿਲ ਗਈ ਦੁਰਲਭ ਮਾਨਸ ਦੇਹੀ ਗੋਬਿੰਦ ਮਿਲਣੇ ਕੀ ਵਰਿਆਏ, ਚੇਤੇ ਕਰ ਲੈ ਰਾਮ ਚਨੇਹੀ, ਕਰ ਲੈ ਰਾਮ ਚਨੇਹੀ, ਕਬੀਰ ਦੀ ਉਮਰ ਗਵਾ ਲਈ ਹੈ,
ਸਤਿਗੁਰ ਦੀ ਬਾਣੀ ਭਾਰੇ ਉਤਾਰੇ ਨਿਵਾਲੀ ਆ ਓ ਬੰਦਿਆ ਪਰ ਸਤਿਗੁਰ ਦੀ ਬਾਣੀ ਭਾਰੇ ਉਤਾਰੇ ਨਿਵਾਲੀ ਆ ਛੁੜਕੇ ਸੱਜਣ ਠੱਗ ਤਰਿਆ ਪਾਰ ਬਲੀ ਕਦਾਰੀ ਕਰਿਆ ਪਾਣੀ ਛੁੜਕੇ ਸੱਜਣ ਠੱਗ ਤਰਿਆ ਪਾਰ ਬਲੀ ਕਦਾਰੀ ਕਰਿਆ ਕੌਡੇ ਵਾਲਾ ਕੜਾਹ ਠਰਿਆ ਵਾਲਾ ਕੜਾਹ ਠਰਿਆ ਦਿਲ ਦੀ ਤਪ ਤੋਂ ਬਚਾ ਲਿਆ ਸਤਿਗੁਰ ਦੀ ਬਾਣੀ ਭਾਰੇ ਉਤਾਰੇ ਨਿਵਾਲੀ ਐ ਓ ਬੰਦਿਆ ਪਰ ਸਤਿਗੁਰ ਦੀ ਬਾਣੀ ਭਾਰੇ ਉਤਾਰੇ ਨਿਵਾਲੀ ਐ ਨਾਲ ਨਵੇੜੇ ਸਾਡੇ ਝੂਠ ਝਗੜੇ ਚਿਹੜੇ ਹੋਣੇ ਅਮਲਾ ਨਾਲ ਨਵੇੜੇ ਚੜ ਜਾ ਸਤਿਗੁਰ ਜੀ ਦੇ ਵੇੜੇ ਸਤਿਗੁਰ ਜੀ ਦੇ ਵੇੜੇ ਜਿਸ ਦੀ ਜੋਤ ਨਰਾਲੀ ਐ ਪਰ ਸਤਿਗੁਰ ਦੀ ਬਾਣੀ ਭਾਰੇ ਉਤਾਰੇ ਨਿਵਾਲੀ ਐ ਓ ਬੰਦਿਆ ਪਰ ਸਤਿਗੁਰ ਦੀ ਬਾਣੀ ਭਾਰਦਾਰ ਵਾਲੀ ਐ ਸੁਣੋ ਬਾਣੀਆਂ ਕੱਚੀਆਂ ਗੱਲਾਂ ਝੂਠੀਆਂ ਦਿਲ ਵਿੱਚ ਰਚੀਆਂ ਸੜਦੇ ਸੁਣੋ ਬਾਣੀਆਂ ਕੱਚੀਆਂ ਗੱਲਾਂ ਝੂਠੀਆਂ ਦਿਲ ਵਿੱਚ ਰਚੀਆਂ ਤਾਂ ਹੀ ਕਰੇ ਨਜ਼ੀਰਾਂ ਸੱਚੀਆਂ ਕਰੇ ਨਜ਼ੀਰਾਂ ਸੱਚੀਆਂ ਮਗਰ ਸਿੰਘ ਅਕਾਲੀ ਐ ਪਰ ਸਤਿਗੁਰ ਦੀ ਬਾਣੀ ਭਾਰੇ ਉਤਾਰੇ ਨਿਵਾਲੀ ਐ ਓ ਬੰਦਿਆ ਪਰ ਸਤਿਗੁਰ ਦੀ ਬਾਣੀ ਭਾਰੇ ਉਤਾਰੇ ਨਿਵਾਲੀ ਐ ਓਏ ਭਾਰੇ ਉਤਾਰਨ ਵਾਲੀ ਐ ਓ ਭਾਰੇ ਉਤਾਰਨ ਵਾਲੀ ਐ ਆਇਓ ਸੁਣਨ ਪੜਨ ਕੋ ਬਾਣੀ ਨਾ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕਪੱਕੜ ਸਭ ਮੁਕਦੀ ਚੱਲੀ ਰਹਿਣ ਰਹਿਣ ਗਵਾਈ ਸੋਇਕ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਸੋ ਪਰਮ ਸਤਿਕਾਰਯੋਗ
ਗੁਰੂ ਮਹਾਰਾਜ ਦੇ ਸਾਜਨ ਬਾਚੇ ਸਾਧ ਸੰਗਤ ਜੀ ਹੋ, ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਦੇ ਪਿਆਰਾਂ ਵੱਲੋਂ 100 ਲੱਖ ਦਮੜਾ ਗੁਪਤ ਦਾਨ ਮਹਾਂਕਲਿਆਣ, ਹੋਰ ਸੰਗਤਾਂ ਵੱਲੋਂ ਦਾਦਾ ਵੀ 50,000 ਰੁਪਏ ਇਤਿਹਾਸ ਦਾ ਸਤਿਕਾਰ, ਵਾਹਿਗੁਰੂ ਚੜ੍ਹਦੀ ਕਲਾ ਨਾਮਦਾਨ ਫਤਿਹ ਬਖਸ਼ ਗੁਰਸਿੱਖੀ ਜੀਵਨ ਬਖਸ਼ ਕਰੇ। ਹਾਂਜੀ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਸੀਮਿਤ ਹੈ, ਬਸ ਇੱਕੋ ਗੱਲ ਕਹਿ ਕੇ ਖਿਮਾ ਮੰਗ ਲੈਣੀ ਆ, ਪ੍ਰਚਾਰ ਦਾ ਸਮਾਂ ਨਹੀਂ। ਸਭ ਤੋਂ ਪਹਿਲਾਂ ਰਸਨਾ ਨੂੰ ਕਰੇ ਪਵਿੱਤਰ, ਗੱਜ ਵੱਜ ਕੇ ਬੁਲਾਈਏ ਫਤਿਹ, ਦੋਨੇ ਹੱਥ ਜੋੜ ਕੇ ਗਿੱਲਾਂ ਵਾਲੇ ਤੋਂ। ਸੋ ਜਿਹੜੇ ਲਾਈਵ ਪ੍ਰੋਗਰਾਮ ਕਰ ਰਹੇ ਨੇ ਗੁਰੂ ਕਾਂਛੀ ਸਟੂਡੀਓ ਗਿੱਲਾਂ ਵਾਲੇ ਤੋਂ, ਸੋ ਇਹ ਸਾਡਾ ਵੀਰ ਆ, ਛੋਟਾ ਵੀਰ, ਅੱਜ ਇਹਨੂੰ 6 ਵਜੇ ਦਾ ਟਾਈਮ ਦਿੱਤਾ ਸੀ ਅਤੇ 6 ਵਜੇ ਪਹੁੰਚ ਕੇ ਇਹਨਾਂ ਨੇ ਹਾਜ਼ਰੀ ਲਵਾਈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ, ਕੋਟਨਕੋਟ ਧੰਨਵਾਦ ਹੈ, ਬਾਈ ਸਾਗਰ ਸਾਊਂਡ ਸਰਬ ਸੋਨਾ ਦਾ, ਸੋ ਸਾਰੀਆਂ ਸੰਗਤਾਂ ਦਾ ਇੱਕ ਵਾਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸੇਵਾ ਲੇਖੇ ਲਾਵੇ, ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਾਰੀਆਂ ਸਮੁੱਚੀਆਂ ਸੰਗਤਾਂ ਦੇ ਲੋਕਾਂ ਨੂੰ ਅਸੀਂ ਸੰਗਤਾਂ ਦੀ ਇੱਕੋ ਅਰਦਾਸ ਕਰ ਦਈਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਇੰਨੀਆਂ ਕੁ ਬੇਨਤੀਆਂ ਕਰਨੀਆਂ, ਪ੍ਰਵਾਨ ਬੋਲਦਾ ਤੋਂ ਬੜੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ। ਗੁਰੂ ਸਾਹਿਬ ਗੁਰੂ ਕੀਆਂ ਸੰਗਤਾਂ ਬਖਸ਼ਣ ਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਸਪਾਲ ਸਿੰਘ ਜੀ, ਜੋ ਸਾਹਿਬ ਬਹੁਤ ਸੋਹਣੇ ਵਿਚਾਰ ਰੱਖੇ ਨੇ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਭਾਈ, ਜੋ ਅਗਲਾ ਜੱਥਾ ਹੈ ਭਾਈ ਸੁਪਾਲ ਸਿੰਘ ਜੀ ਸਪੈਸ਼ਲ,